ਕਿੱਥੇ ਹੋ ਤੁਸੀਂ? ਵਾਹ ਬੈਠਾ। ਲੈ ਹੱਥ 'ਤੇ ਹੱਥ ਰੱਖ ਕੇ ਬੈਠ ਗਏ। ਸਾਰੀ ਤਾਂ ਰਾਤ ਲੰਘ ਗਈ ਉੱਪਰ ਦੀ, ਹੁਣ ਫੋਨ ਕਰ ਲਓ ਅਗਲੇ ਨੂੰ, ਘਰੇ ਬਾਪੂ ਨੂੰ ਛੱਡ ਜੂਗਾ। ਉਹ ਕੋਈ ਗੱਲ ਨਹੀਂ ਯਾਰ, ਬਾਪੂ ਕਿਹੜਾ ਬੇਗਾਨੇ ਥਾਂ 'ਤੇ ਹੈ, ਨਾਲੇ ਆਇਆ ਸੀ ਰਾਮ ਨੂੰ ਦਾ ਫੋਨ। ਉਹ ਕਹਿੰਦਾ ਤੂੰ ਟੈਨਸ਼ਨ ਨਾ ਲੈ, ਮੈਂ ਰੋਟੀ ਪਾਣੀ ਖਵਾ ਕੇ ਫਿਰ ਛੱਡ ਕੇ ਜਾਊਂਗਾ ਬਾਪੂ ਨੂੰ। ਉਹ ਤਾਂ ਸ਼ੁਕਰ ਕਰੋ ਬਾਪੂ ਉਹਨਾਂ ਨੂੰ ਮਿਲ ਵੀ ਗਿਆ, ਜੇ ਨਾ ਕਿਸੇ ਨੂੰ ਮਿਲਦਾ ਫਿਰ ਭਲਾ ਕੀ ਬਣਦਾ। ਮੈਨੂੰ ਤਾਂ ਐਂ ਡਰ ਹੈ ਵੀ ਜੇ ਕੱਲ੍ਹ ਨੂੰ ਕੋਈ ਬਾਪੂ ਨੇ, ਕੱਲ੍ਹ ਤਾਂ ਰੁਸ ਕੀ ਗਿਆ ਸੀ, ਜੇ ਅੱਗੇ ਤੋਂ ਕੋਈ ਹੋਰ ਕਦਮ ਚੱਕ ਲਿਆ ਆਪਾਂ ਤਾਂ ਕੱਖ ਦੇ ਵੀ ਨਹੀਂ ਰਹਿਣੇ, ਨਾਲੇ ਸਾਰੀ ਉਮਰ ਦਾ ਲਾਂਭਾ ਹੋ ਜੂ, ਨਾਲੇ ਬਾਪੂ ਕਿੱਥੋਂ ਲਿਆਵਾਂਗੇ ਫਿਰ। ਯਾਰ ਇੱਕ ਜ ਬੰਦਾ ਮਾੜਾ ਆ ਜੇ ਨਾ ਘਰੇ, ਘਰ ਨੂੰ ਸ਼ਮਸ਼ਾਨ ਬਣਾ ਦਿੰਦਾ। ਜਦੋਂ ਦੀ ਠੰਡੇ ਪੈੜੇ ਵਾਲੀ ਆਈ ਹੈ ਨਾ, ਸੌਂ ਲੱਗੇ ਨਾ ਤਾਂ ਬਰਕਤ ਹੈ ਘਰ 'ਚ। ਉਹ ਬੈਠੀ ਆ ਰਾਤ ਦੀ, ਆਪ ਵੀ ਡੁਸਕਣ ਲੱਗ ਰਹੀ ਹੈ ਹੁਣ। ਉਹਨੂੰ ਪਤਾ ਹੁਣ ਜੇ ਬਾਪੂ ਨੂੰ ਕੁਛ ਹੋ ਗਿਆ ਤਾਂ ਮੇਰੇ 'ਤੇ ਇਲਜ਼ਾਮ ਆਊਗਾ, ਹੁਣ ਛੇਤੀ ਡਰ ਵੀ ਗਈ। ਹੁਣ ਤਾਂ ਡੁਸਕੇ ਨਾ ਡੁਸਕੇ, ਜਿਹੜਾ ਕੰਮ ਕਰਨਾ ਸੀ ਉਹ ਤਾਂ ਕਰਤਾ ਉਹਨੇ। ਮੈਂ ਤਾਂ ਐਂ ਕਹਿੰਦੀ ਹਾਂ ਵਰਿੰਦਰ ਨੂੰ ਫੋਨ ਕਰਨਾ ਹੀ ਪਊਗਾ ਆਪਾਂ ਨੂੰ, ਹੋਰ ਕੋਈ ਹੱਲ ਨਹੀਂ ਹੈਗਾ ਆਪਣੇ ਕੋਲੇ। ਯਾਰ ਵਰਿੰਦਰ ਨੂੰ ਤਾਂ ਮੈਂ ਤਾਂ ਨਹੀਂ ਫੋਨ ਕਰਦਾ ਵੀ ਉਹਨੂੰ ਬਾਹਰ ਬੈਠੇ ਨੂੰ ਕਾਹਨੂੰ ਟੈਨਸ਼ਨ ਪਾਉਣੀ ਹੈ, ਉਹਨੂੰ ਤਾਂ ਪਹਿਲੀ ਕੰਮ ਦੀ ਟੈਨਸ਼ਨ ਹੋਊਗੀ। ਫਿਰ ਹੁਣ ਦੱਸਣਾ ਤਾਂ ਪੈਣਾ ਹੀ ਆ, ਜੇ ਆਪਾਂ ਨਹੀਂ ਦੱਸਾਂਗੇ ਤਾਂ ਹੋਰ ਕੌਣ ਦੱਸੂ? ਇਹਨੂੰ ਅਕਲ ਨਹੀਂ ਆਉਂਦੀ, ਸਾਰੇ ਰਿਸ਼ਤੇਦਾਰ ਬੁਲਾ ਕੇ ਵੇਖ ਲਏ, ਹੁਣ ਕੀ ਕਰੀਏ? ਕੁਛ ਸਮਝ ਤਾਂ ਆਉਂਦਾ ਨਹੀਂ ਹੈਗਾ। ਇੱਕ ਤਾਂ ਮੇਰਾ ਜੀ ਕਰਦਾ ਨਾ ਮੈਂ ਆਪਦੀ ਮਾਂ ਨੂੰ ਬੁਲਾ ਲਾਂ, ਫਿਰ ਮਾਸੀ ਨਾਲ ਮੇਰੇ ਨਾਲ ਮਨ ਕਰੇ ਗੁੱਸੇ ਹੋ ਜੇ ਵੀ ਮੇਰੇ 'ਚ ਅਤੇ ਤੇਰੀ ਮਾਂ 'ਚ ਕੀ ਫਰਕ ਹੈ, ਮੈਂ ਤਾਂ ਨਹੀਂ ਬੁਲਾਉਂਦੀ ਹੈਗੀ। ਉਹ ਕਮਲੀ ਹੋਈ ਹੈ ਤੂੰ, ਜਿਹਨੇ ਆਪਣੀ ਮਾਂ ਦੀ ਗੱਲ ਨਹੀਂ ਸੁਣੀ ਉਹ ਉਹਨਾਂ ਦੀ ਕੀ ਸੁਣਨਗੇ? ਕਿਉਂ ਨਹੀਂ ਸੁਣਨਗੇ? ਨਾਲੇ ਮਾਸੀ ਵਰਗੀ ਭੋਲੀ ਨਹੀਂ ਹੈਗੀ ਮੇਰੀ ਮਾਂ, ਮਾਸੀ ਤਾਂ ਇਹੀ ਸੀ ਵਿਚਾਰੀ ਆਪ ਹੀ ਜਿਹੜੀ ਸੁਣ ਕੇ ਵਗ ਗਈ ਇੱਥੋਂ ਇੰਨੀਆਂ ਗਾਲਾਂ। ਮੇਰੀ ਮਾਂ ਤਾਂ ਨਾ ਗੁੱਤਨੀ 'ਚ ਮਾਰ ਕੇ ਧੌਣ ਜੀ ਹੁਣ ਸਿੱਧੀ ਕਰ ਦੂਗੀ ਇਹਦੀ, ਜਿਹੜੀ ਵਿੰਗੀ ਹੋ ਰਹੀ ਹੈ। ਮੈਂ ਤਾਂ ਕਹਿੰਦੀ ਫੋਨ ਕਰ ਹੀ ਦਿੰਦੀ ਹਾਂ, ਮੰਨ ਲਓ ਮਰਜ਼ੀ ਹੈ ਤੇਰੀ, ਪਰ ਮੈਨੂੰ ਤਾਂ ਇੱਕ ਗੱਲ ਦੀ ਟੈਨਸ਼ਨ ਹੈ, ਜਦੋਂ ਬਾਪੂ ਘਰੇ ਆਊ ਉਹਦੇ ਮੱਥੇ ਕਿਵੇਂ ਲੱਗਾਂਗੇ? ਫਿਰ ਆਪਣੀ ਤਾਂ ਗਲਤੀ ਵੀ ਨਹੀਂ, ਉਹਨੂੰ ਆਉਣਾ ਚਾਹੀਦਾ ਹੈ, ਇਹ ਤਾਂ ਉਹਨੂੰ ਸੋਚਣਾ ਚਾਹੀਦਾ ਵੀ ਮੈਂ ਮੱਥੇ ਕਿਵੇਂ ਲੱਗੂੰਗੀ, ਆਪਾਂ ਤਾਂ ਮੱਥੇ ਲੱਗ ਜਾਂਗੇ। ਨਾਲੇ ਬਾਪੂ ਨੂੰ ਤਾਂ ਆ ਜਾਣ ਦਿਓ ਘਰੇ, ਮੈਂ ਮਾਂ ਨੂੰ ਫੋਨ ਕਰਦੀ ਹਾਂ, ਬੁਲਾਈ ਲੈਂਦੇ ਹਾਂ, ਵਧੀਆ ਰਹਾਂਗੇ। ਨਾਲੇ ਮੇਰੀ ਮਾਂ ਨੂੰ ਵੀ ਮਾੜਾ ਮੋਟਾ ਉਹਦੇ ਕੰਨਾਂ 'ਚ ਵੀ ਗੱਲ ਪੈਣੀ ਚਾਹੀਦੀ ਹੈ ਵੀ ਆਹ ਕੁਛ ਹੋ ਰਿਹਾ ਇੱਥੇ। ਗੱਲ ਤਾਂ ਹੁਣ ਸਾਰੇ ਪਿੰਡ ਦੇ ਕੰਨਾਂ 'ਚ ਹੀ ਪੈ ਰਹੀ ਹੈ, ਉਹ ਤਾਂ ਸ਼ੁਕਰ ਹੈ ਬਾਪੂ ਰਾਵਣ ਨੂੰ ਮਿਲ ਗਿਆ, ਨਾ ਜਾਣੀਏ ਕਿਸੇ ਹੋਰ ਨੂੰ ਮਿਲ ਜਾਂਦਾ, ਹੁਣ ਨੂੰ ਤਾਂ ਪਿੰਡ 'ਚ ਢਿਡੋਰਾ ਪਿੱਟਿਆ ਜਾਂਦਾ ਤਾਂ ਸਵੇਰ ਤੱਕ। ਢਿਡੋਰਾ ਉਹਨੇ ਕਿਹੜਾ ਅਗਲੇ ਨੇ ਪਿੱਟਿਆ ਨਹੀਂ ਹੋਣਾ, ਲੋਕ ਤਾਂ ਉਹੀ ਗੱਲ ਆਪਦੀਆਂ ਕੱਛ 'ਚ ਅਤੇ ਦੂਜਿਆਂ ਦੀਆਂ ਹੱਥ 'ਚ ਰੱਖਦੇ ਨੇ, ਰੌਲਾ ਤਾਂ ਪਾਤਾ ਹੋਣਾ। ਨਾਲੇ ਸਿਰ ਤਾਂ ਆਪਣੀ ਆਊਗਾ, ਉਹਦੀ ਕਹਿ ਦੇਣਗੇ ਵੀ ਦੋਹੇ ਭੈਣਾਂ ਹੋ ਗਈਆਂ ਇਕੱਠੀਆਂ, ਬੁੜੇ ਨੂੰ ਬਾਹਰ ਕੱਢਤਾ। ਉਹ ਉਹ ਤਾਂ ਮੈਂ ਰਾਵਣ ਨੂੰ ਰਾਤ ਕਹਿਤਾ ਸੀ, ਉਹਦਾ ਮੈਨੂੰ ਪਤਾ ਵੀ ਹੈ, ਅਸੀਂ ਇਕੱਠੇ ਪੜ੍ਹੇ ਹਾਂ, ਉਹ ਕਿਸੇ ਕੋਲ ਗੱਲ ਨਹੀਂ ਕਰਦਾ, ਉਹ ਗੱਲ ਵੱਖ ਹੈ ਵੀ ਜੇ ਉਹਨਾਂ ਦੀਆਂ ਬੁੜੀਆਂ ਨੇ ਕਰਤੀ ਤਾਂ। ਚੱਲ ਚੰਗਾ ਤੁਸੀਂ ਫੋਨ ਲਾ ਕੇ ਦੇਖ ਲਓ, ਹੁਣ ਉਹਨਾਂ ਦੇ ਘਰੇ ਥੋੜ੍ਹੀ ਬਾਪੂ ਨੂੰ ਬਿਠਾਈ ਰੱਖਣਾ, ਮੈਂ ਲਾਉਂਦੀ ਹਾਂ ਮਾਂ ਨੂੰ ਫੋਨ। ਤੂੰ ਫੋਨ ਲਾ ਲਾ, ਉਹ ਆਉਂਦੀ ਹੁਣੇ, ਮੈਨੂੰ ਆਇਆ ਸੀ ਫੋਨ, ਕਹਿੰਦਾ ਬਾਪੂ ਰੋਟੀ ਖਾਣ ਲੱਗ ਰਿਹਾ ਫਿਰ ਛੱਡ ਕੇ ਜਾਂਦਾ। ਲੈ ਦੱਸ ਘਰੇ ਆਪਣੀ ਰੋਟੀ ਨਹੀਂ ਪੱਕਦੀ, ਉਹੀ ਗੱਲਾਂ ਤੁਹਾਡੀਆਂ। ਉਹ ਚੱਲ ਕੋਈ ਗੱਲ ਨਹੀਂ, ਉਹ ਕਹਿੰਦਾ ਮੈਂ ਗੱਲਾਂ ਬਾਤਾਂ ਕਰਕੇ ਬਾਪੂ ਨੂੰ ਠੰਡਾ ਜਿਹਾ ਕਰਕੇ ਫਿਰ ਤੋਰੂੰਗਾ। ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਚੰਗਾ ਮੈਂ ਫੋਨ ਕਰ ਲਾਂਗੇ। ਠੀਕ ਹੈ। ਤੈਨੂੰ ਦੱਸੀ ਸੀ ਜਿਹੜੀ ਗੱਲ ਰਾਤ, ਬਸ ਯਾਰ ਉਸੇ ਕਰਕੇ ਥੋੜਾ ਜਿਹਾ ਪੰਗਾ ਪੈ ਰਿਹਾ।
ਪਰ ਸਮਝਾ ਦੇ ਮਾੜਾ ਮੋਟਾ ਉਹਨਾਂ ਨੂੰ। ਉਹ ਯਾਰ ਕਿੰਨੇ ਵਾਰੀ ਸਮਝਾਤਾ ਰਾਮ ਨੂੰ, ਸੌਂ ਲੱਗੇ। ਕਈ ਵਾਰੀ ਐਂ ਜੀ ਕਰਦਾ ਹੁੰਦਾ ਵੀ ਬਾਪੂ ਦੇ ਨਾਲ ਨਾਲ ਆਪ ਵੀ ਘਰ ਛੱਡ ਕੇ ਵਗ ਜਾ। ਚੱਲ ਤਾਇਆ ਵੀਰ, ਇੰਨਾ ਉਹ ਗੁੱਸਾ ਨਾ ਕਰਿਆ, ਠੀਕ ਹੈ? ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਘਰ 'ਚ। ਮਾੜੀਆਂ ਮੋਟੀਆਂ 'ਤੇ ਤਾਂ ਗੁੱਸਾ ਕਰੇ ਨਹੀਂ ਸੀ ਭਾਈ, ਇਹ ਤਾਂ ਹੱਦੋਂ ਵੱਧ ਹੋ ਗਿਆ ਸੀ, ਤਾਂ ਮੈਨੂੰ ਇਹ ਕਦਮ ਚੱਕਣਾ ਪਿਆ ਸੀਗਾ। ਚੱਲ ਤੂੰ ਮਿਲ ਗਿਆ ਕੋਈ ਚੰਗੇ ਨੂੰ। ਨਾ ਬਾਪੂ ਮੇਰੀ ਗੱਲ ਸੁਣ, ਊਂ ਤਾਂ ਮੈਂ ਤੇਰੇ ਮੂਹਰੇ ਬੋਲਣਾ ਨਹੀਂ ਸੀ, ਪਰ ਤੈਨੂੰ ਐਂ ਕਹਿਣਾ ਵੀ ਤੂੰ ਇਹ ਕਦਮ ਚੱਕਦਾ ਹੈ, ਕੱਲ੍ਹ ਨੂੰ ਅਸੀਂ ਚੱਕਾਂਗੇ, ਤੂੰ ਸਾਨੂੰ ਰੋਕ ਲਏਗਾ, ਸਾਨੂੰ ਹਟਾ ਦੇਗਾ ਤੂੰ ਇਹ ਕੰਮ ਕਰਨ। ਉਹੀ ਤਾਂ ਗੱਲ ਤਾਂ ਆ, ਸਿਆਣਾ ਪੈਣਾ, ਨਾਲੇ ਲੋਕ ਵੀ ਤੈਨੂੰ ਸੌ ਸੌ ਗੱਲਾਂ ਬਣਾਉਂਦੇ ਨੇ। ਬਣਾਉਣੀ ਆ ਭਾਈ, ਜਦੋਂ ਮਾੜਾ ਘਰ ਆ ਜੇ ਸਾਰਾ ਕੁਛ ਹੀ ਬਣਦਾ ਹੁੰਦਾ ਗਾ ਬਾਪੂ, ਫਿਰ ਉਹਦੇ ਨਾਲ ਆਪਾਂ ਵੀ ਕੱਟੀ ਜਾਂਦੇ ਹਾਂ ਤੇਰੇ ਨਾਲ ਨਾਲ। ਜਦ ਤੂੰ ਐਂ ਦੱਸ, ਮੋਹ ਕਰਦਾ ਤੇਰਾ ਹੈ ਨਾ ਓਏ, ਕਿੱਥੇ ਜਾ ਕੇ ਲੋਕਾਂ ਦੇ ਫੈਸਲੇ ਕਰਾਉਂਦੇ ਸੀਗੇ, ਅੱਜ ਆਪਦਾ ਜਲੂਸ ਕੱਢ ਲਿਆ। ਚੱਲ ਕੋਈ ਨਾ, ਚੱਲ ਠੀਕ ਹੈ ਬਈ, ਮੈਂ ਜਾਣਾ ਯਾਰ ਕੰਮ। ਹਾਂ ਹਾਂ ਕੋਈ ਗੱਲ ਨਹੀਂ, ਓਏ ਇੱਧਰ ਆ ਜਾਣਾ ਇਹਨੇ। ਓਏ ਬਾਪੂ ਕਿਉਂ ਐਵੇਂ ਬੋਲ ਥੱਪਦਾ ਹੁੰਦਾ, ਨਾ ਜਾਣੀਏ ਕੋਈ ਗੱਲਬਾਤ ਹੋ ਜਾਂਦੀ, ਕਿਹਨੂੰ ਮੂੰਹ ਦਿਖਾਉਣ ਜੋਗੇ ਰਹਿੰਦੇ। ਆ ਰੋਜ਼ ਦੇ ਕਲੇਸ਼ ਨੂੰ ਤਾਂ ਹੋਈ ਚੰਗੀ ਸੀ ਭਾਈ, ਆ ਦੇਖ ਲੈ ਤੇਰੇ ਬਿਨਾਂ ਇਹਨੇ ਵੀ ਨਹੀਂ ਜੀ ਲਾਇਆ, ਰਾਤ ਦੀ ਰੋਟੀ ਨਹੀਂ ਖਾਧੀ। ਬੰਦਿਆਂ ਨੂੰ ਤਾਂ ਇਹਨੂੰ ਵੀ ਬਹੁਤ ਅਕਲ ਹੈਗੀ। ਚੱਲ ਤੂੰ ਐਂ ਦੱਸ, ਰੋਟੀ ਖਾਏਗਾ? ਬਸ ਰੋਟੀ ਤਾਂ ਖਾ ਕੇ ਆਇਆ ਮੈਂ ਉੱਧਰ। ਫਿਰ ਚਾਹ ਬਣਾਵਾਂ? ਕਹਿੰਦਾ ਮੈਂ ਲਾਪਰੀ ਤੁਹਾਨੂੰ ਚਾਹ। ਕੋਈ ਨਾ ਪੀ ਲਾਂਗੇ ਚਾਹ ਤਾਂ ਬਾਅਦ। ਲਾਪਰੀ ਚਾਹ ਬਣਾ ਦੇ, ਬਾਪੂ ਆ ਗਿਆ। ਆ ਗਏ ਸਰਦਾਰ ਸਾਹਿਬ ਫਿਰ? ਹਾਂ ਭਾਈ ਆ ਗਿਆ। ਵੈਸੇ ਤੁਹਾਨੂੰ ਜਾਣ ਨੂੰ ਕਿਹਾ ਤਾਂ ਹੈ ਨਹੀਂ ਸੀ ਕਿਸੇ ਨੇ, ਤੇ ਹੁਣ ਆਉਣ ਨੂੰ ਵੀ ਨਹੀਂ ਸੀ ਕਿਹਾ, ਜਦੋਂ ਹੁਣ ਗਏ ਸੀ ਫਿਰ ਚੰਗੀ ਤਰ੍ਹਾਂ ਜਾਂਦੇ। ਭਾਈ ਜੇ ਤੂੰ ਮੇਰੇ ਨਾਂ ਹੀ ਬੋਲਿਆ ਕਰੇ ਨਾ ਵਧੀਆ, ਆ ਪੀ ਰਹਿਣ ਦੇ ਚਾਹ ਦੀ ਘੁੱਟ ਪਵਾ ਕੇ ਲਿਆ ਕੁੜੀ ਤੋਂ ਮੈਂ। ਮੈਨੂੰ ਨਾ ਬੋਲਣ ਦਾ ਸ਼ੌਂਕ ਨਹੀਂ ਹੈਗਾ, ਮੈਂ ਸਿਰਫ ਤਾਂ ਆਈ ਹਾਂ ਵੀ ਕੱਲ੍ਹ ਨੂੰ ਨਾ ਕਿਤੇ ਕੋਈ ਬਾਹਰ ਜਾ ਕੇ ਇਹੀ ਜਿਹੀ ਕੋਈ ਗੱਲ ਹੋ ਜੇ, ਕੱਲ੍ਹ ਨੂੰ ਮੇਰੇ 'ਤੇ ਗੱਲ ਆਵੇ। ਮੈਂ ਤੁਹਾਨੂੰ ਜਾਣ ਨੂੰ ਕਿਹਾ ਨਹੀਂ ਸੀ, ਤੁਸੀਂ ਆਪਦੀ ਮਰਜ਼ੀ ਨਾਲ ਗਏ ਸੀ, ਅਤੇ ਉੱਪਰ ਦੀ ਸਾਰਾ ਟੱਬਰ ਮੈਨੂੰ ਭੌਂਕੀ ਜਾਂਦਾ। ਹਾਂ ਮੈਂ ਤਾਂ ਖੁਸ਼ੀ ਨਾਲ ਗਿਆ ਸੀ ਨਾ ਭਾਈ। ਨਾ ਖੁਸ਼ੀ ਨਾਲ ਜਾਣ ਨੂੰ ਤਾਂ ਸਹੁਰੇ ਗਏ ਸੀ ਆਪਣੇ, ਜੇ ਜਾਣਾ ਹੈ ਨਾ ਤਾਂ ਚੱਜ ਨਾਲ ਜਾਓ, ਅਤੇ ਮੇਰੀ ਗੱਲ ਸੁਣ ਲਓ, ਮੈਂ ਘਰੋਂ ਅੱਡ ਹੋਣ ਨੂੰ ਕਿਹਾ ਸੀ, ਮੈਂ ਐਂ ਨਹੀਂ ਸੀ ਕਿਹਾ ਵੀ ਚੱਕ ਕੇ ਝੋਲਾ ਤੁਰ ਪਓ, ਉਹ ਤਾਂ ਮੈਨੂੰ ਪਤਾ ਸੀ ਵੀ ਵਾਪਸ ਤਾਂ ਆ ਹੀ ਜਾਣਾ। ਅੱਡ ਹੀ ਸੀ ਭਾਈ ਜਦੋਂ ਮੈਂ ਵਗ ਗਿਆ ਸੀ ਘਰੇ, ਹੁਣ ਤੂੰ ਰਹਿ ਖੁਸ਼ੀ ਖਸੀ ਆਪਦੇ ਘਰੇ, ਮੇਰਾ ਕੀ ਸੀਗਾ? ਕੀ ਹੋ ਗਿਆ ਬਾਪੂ ਜੀ ਹੁਣ? ਆਉਣ ਸਾਰ ਭਾਈ ਫੇਰ ਲੱਗ ਗਈ ਕਲੇਸ਼ ਕਰਨ, ਦੱਸੋ ਕੀ ਕਰੀਏ। ਹੁਣ ਮੈਂ ਕੀ ਕਲੇਸ਼ ਕੀਤਾ, ਮੈਂ ਨਾਰਮਲ ਗੱਲ ਕੀਤੀ ਹੈ। ਮੇਰੀ ਗੱਲ ਸੁਣੋ ਦੀਦੀ, ਪਹਿਲੇ ਮੇਰੀ ਗੱਲ ਸੁਣੋ, ਪਹਿਲੇ ਇਹਨਾਂ ਨੂੰ ਪੁੱਛੋ ਵੀ ਘਰੋਂ ਜਾਣ ਨੂੰ ਇਹਨਾਂ ਨੂੰ ਕਿਹਨੇ ਕਿਹਾ ਸੀਗਾ? ਮੈਨੂੰ ਤੇਰਾ ਸਾਹਿਬ ਨਹੀਂ ਆਉਂਦਾ ਵੀ ਤੂੰ ਚੌਨੀ ਕੀ ਹੈ, ਨਾ ਤੂੰ ਤਿੰਨ 'ਚ ਨਾ ਤੂੰ 13 'ਚ, ਜੇ ਉਹ ਘਰੋਂ ਵਗ ਗਿਆ ਤਾਂ ਤੂੰ ਰਾਤੋਂ ਰਾਤ ਰੁਸਕੀ ਗਈ, ਐਂ ਹੋ ਜੂਗਾ ਬਾਪੂ ਨੂੰ ਐਂ ਨਾ ਕਰ ਲਏਗੀ ਤੇ ਮੇਰੇ ਨਾਮ ਆਜੂ, ਜੇ ਬਾਪੂ ਜੀ ਘਰੇ ਆ ਗਏ ਤਾਂ ਤੂੰ ਹੁਣ ਲੱਗ ਗਈ ਫਿਰ। ਮੈਂ ਐਂ ਨਹੀਂ ਕਹਿੰਦੀ ਵੀ ਘਰੋਂ ਜਾ, ਜਿਹੜੀ ਮੇਰੀ ਗੱਲ ਹੈਗੀ ਆ ਸਿੱਧੀ, ਪਹਿਲਾਂ ਵੀ ਕਹਿੰਦੀ ਸੀ ਤੇ ਹੁਣ ਵੀ ਕਹਿੰਦੀ ਆ ਵੀ ਮੈਂ ਸਿਰਫ ਅੱਡ ਹੋਣ ਨੂੰ ਕਿਹਾ ਸੀ, ਮੈਂ ਐਂ ਨਹੀਂ ਕਿਹਾ ਵੀ ਘਰ ਛੱਡ ਕੇ ਚੱਲ ਜਾਓ। ਸਿੱਧਾ ਮੂੰਹ ਤੇ ਕੋਈ ਨਹੀਂ ਕਹਿੰਦਾ ਹੁੰਦਾ ਕਿਸੇ ਨੂੰ ਜਾਣ ਵਾਸਤੇ, ਆ ਜਿਹੜੀ ਤੇਰੇ ਗੱਲਾਂ ਨੇ ਨਾ ਇਹ ਬੰਦੇ ਨੂੰ ਮਜਬੂਰ ਕਰਦੀਆਂ ਨੇ ਜਾਣ ਵਾਸਤੇ। ਜੇ ਮੰਨ ਹੀ ਲਓ ਤੁਸੀਂ ਮੇਰੀ ਗੱਲ, ਉਹਨੂੰ ਅੱਡ ਕਰ ਦੋ, ਕਾਹਨੂੰ ਕਲੇਸ਼ ਪਵੇ ਰੋਜ਼ ਘਰੇ। ਇਹਦੇ ਨਾਲ ਅੱਡ ਕਰੀਏ, ਕੱਲੇ ਨੂੰ ਕਰ ਦੋ। ਕਿ ਕੱਲੇ ਨੂੰ ਉਹ ਪਕਾ ਕੇ ਕਿੱਥੋਂ ਖਾਣਗੇ? ਕੋਈ ਨਹੀਂ, ਪਕਾ ਕੇ ਰੋਟੀ ਦੇਈ ਆਇਓ, ਪਰ ਮੈਂ ਨਹੀਂ ਰਹਿ ਸਕਦੀ ਇਹ ਬੰਦੇ ਨਾਲ। ਪੁੱਤ ਮੈਂ ਅੱਡ ਹੀ ਹੈ, ਤੂੰ ਨਾ ਮੈਨੂੰ ਚਾਹ ਪਾਣੀ ਫੜਾ, ਨਾ ਮੇਰੀ ਧੀ ਮੈਨੂੰ ਕੋਈ ਰੋਟੀ ਦੇ, ਮੈਂ ਤੇਰੇ ਵੱਲੋਂ ਅੱਡ ਮੈਂ ਹੈਗੀ ਆ ਰੋਟੀ ਫੜਾਉਣ ਵਾਲੀ, ਤੂੰ ਆਪਦੇ ਕਮਰੇ 'ਚ ਰਿਹਾ ਕਰ ਮੌਜ ਨਾਲ। ਹਾਂ ਤਿਆਰ ਵਿਆਰ ਹੋ ਕੇ ਬਹਿ ਜਾ ਕਰ, ਇਹਦੇ ਹੁੰਦੇ ਹੋਏ ਮੈਂ ਮੌਜ ਨਾਲ ਰਹਿ ਲੂੰਗੀ, ਤੇ ਨਾਲੇ ਮੈਂ ਸਿੱਧੀ ਗੱਲ ਹੈ, ਮੈਂ ਇਹਦੀ ਨਾ ਬੁੱਥੀ ਦੇਖਣੀ ਪਸੰਦ ਨਹੀਂ ਕਰਦੀ। ਬਸ ਦੇਖ ਲਾ ਕੀ ਸਿਖਾਇਆ ਤੇਰੀ ਮਾਂ ਪੁੱਤ ਪਿਓ ਨੇ ਤੈਨੂੰ। ਬਾਪੂ ਜੀ ਤੁਸੀਂ ਮੇਰੀ ਗੱਲ ਸੁਣੋ,
ਤੁਸੀਂ ਇਹਦੀਆਂ ਗੱਲਾਂ ਦਾ ਗੁੱਸਾ ਨਾ ਕਰੋ, ਮੈਂ ਲੱਭ ਲਿਆ ਹਾਲੇ ਤਾਂ। ਮੈਂ ਨਾ ਆਪਦੀ ਮਾਂ ਨੂੰ ਫੋਨ ਕੀਤਾ, ਅੱਧੇ ਘੰਟੇ ਪੌਣੇ ਘੰਟੇ 'ਚ ਆਉਂਦੀ ਹੈ, ਅਤੇ ਉਹਨਾਂ ਨੂੰ ਕਹਿਤਾ ਮੈਂ ਅੱਡੇ 'ਤੇ ਚੜ੍ਹਾ ਲਿਆਉਣਗੇ, ਆ ਕੇ ਉਹ ਇਹਦੀ ਇਹੋ ਜਿਹੀ ਗੁੱਤਨੀ ਨੂੰ ਗੇੜਾ ਦਊਗੀ ਨਾ, ਸਾਰੀ ਉਮਰ ਯਾਦ ਰੱਖੂਗੀ, ਇਹ ਤਾਂ ਹੱਥ ਲਾ ਲਾ ਕੇ ਦੇਖਿਆ ਕਰੂਗੀ। ਦੇਖ ਲਓ ਭਾਈ ਕੋਸ਼ਿਸ਼ ਕਰਕੇ, ਮੈਨੂੰ ਤਾਂ ਨਹੀਂ ਲੱਗਦਾ ਮੱਝ ਮੂਹਰੇ ਬੀਨ ਵਜਾਉਣ ਦਾ ਕੋਈ ਫਾਇਦਾ ਹੋ ਜੂਗਾ। ਕੋਈ ਗੱਲ ਨਹੀਂ ਬਾਪੂ ਜੀ, ਤੁਸੀਂ ਘਬਰਾਓ ਨਾ, ਅਤੇ ਰੋਟੀ ਦੱਸ ਦਿਓ ਜੇ ਖਾਣੀ ਤਾਂ ਮੈਂ ਲਿਆ ਦਿੰਦੀ ਹਾਂ। ਬਸ ਪੁੱਤ ਰੋਟੀ ਦਾ ਖਾ ਕੇ ਆਇਆ ਸੀ, ਆਹ ਚਾਹ ਦਾ ਗਲਾਸ ਲਿਆਇਆ ਸੀਗਾ, ਇਹ ਵੀ ਗੱਲ ਚੜਾ ਤਾ ਸਹੁਰੀ ਨੇ। ਚੱਲ ਕੋਈ ਨਾ ਪੀ ਲਓ ਬਾਪੂ ਜੀ ਚਾਹ ਤਾਂ, ਇਹ ਤਾਂ ਭੌਂਕ ਹੀ ਜਾਊਗੀ। ਪਤਾ ਨਹੀਂ ਕੀ ਚੰਦਰੀਏ ਤੇਰਾ ਮੇਰਾ ਬੈਰ ਆ, ਕੋਈ ਸਮਝ ਨਹੀਂ ਲੱਗਦੀ। ਚਲੋ ਮਰਜ਼ੀ ਆ, ਚੱਲੀ ਜਾਣਾ ਇੱਥੇ ਤਾਂ ਸਾਰਾ ਕੁਛ। ਆ ਖੋਲੋ ਜੀ ਪਹਿਲਾਂ। ਆਹ ਬੈਠੀ ਆ ਮੇਰੀ ਧੀ ਲਾਡਲੀ, ਮੈਂ ਮਰ ਜਾ। ਸਤਿ ਸ਼੍ਰੀ ਅਕਾਲ ਮਾਂ। ਸਤਿ ਸ਼੍ਰੀ ਅਕਾਲ ਪੁੱਤ, ਕਿਵੇਂ? ਹਾਂ ਠੀਕ ਆ ਮੈਂ ਤਾਂ। ਚੱਲ ਤੂੰ ਠੀਕ ਹੈ? ਹਾਂ ਠੀਕ ਠਾਕ ਵਧੀਆ। ਟਾਈਮ ਨਾਲ ਚੜ ਗਈ ਤੀ ਬਸ। ਮੈਂ ਤਾਂ ਪੁੱਤ ਜਦੋਂ ਤੂੰ ਫੋਨ ਕੀਤਾ ਪੈਰ ਜੁੱਤੀ ਨਹੀਂ ਪਾਈ, ਲੈ ਮੈਂ ਤਾਂ ਉਨੇ ਪੈਰੀ ਤੁਰ ਪਈ। ਪਾਣੀ ਲਿਆਵਾਂ? ਬਸ ਪੁੱਤ ਕੋਈ ਨਹੀਂ ਪੀ ਲੂੰਗੀ। ਚੱਲ ਉੱਤੇ ਪੈਰ ਕਰਕੇ ਬਹਿ ਜਾਵਾਂ ਫਿਰ। ਚੰਗਾ ਕੱਢ ਦੇ। ਹੋਰ ਸੁਣਾ ਬਾਈ, ਹੋਰੀ ਕਿਵੇਂ ਤੀਗੇ? ਹੋਰ ਤਾਂ ਸਾਰੇ ਠੀਕ ਹੈ। ਕੀ ਕਰਤੂਤ ਖੰਡਿਆ ਦੀ ਇਹਨੇ ਛੋਟੀ ਨੇ? ਮਾਂ ਮਾੜਾ ਜਿਹਾ ਹੌਲੀ ਬੋਲ, ਇੱਥੇ ਬੈਠੀ ਹੋਣੀ। ਨਹੀਂ ਮੈਨੂੰ ਕਿਹੜਾ ਉਹਦਾ ਡਰ ਮਾਰਿਆ ਹੌਲੀ ਬੋਲਣ ਨੂੰ? ਰਿਸ਼ਤਾ ਇਹਦਾ ਤਾਂ ਕਰਾਇਆ ਸੀ ਵੀ ਕੱਲ੍ਹ ਨੂੰ ਗਾਲਾ ਲੰਬਾ ਨਹੀਂ ਆਊਗਾ ਕੋਈ, ਇਹ ਤਾਂ ਬੜਾ ਵੱਡਾ ਲੰਬਾ ਹੋ ਗਿਆ। ਕੀ ਕਰਾਂ ਮਾਂ, ਅਸੀਂ ਤਾਂ ਸਾਰੇ ਤਪਾਰਖੇ ਨੇ, ਇਹ ਤਾਂ ਨਾ ਜਮੀ ਸੋਚਿਆ ਵੀ ਨਹੀਂ ਸੀ ਕਦੇ ਇਹੀ ਜਿਹੀ ਨਿਕਲੂਗੀ। ਸਾਡੇ ਬਾਪੂ ਦਾ ਤਾਂ ਇਹਨੇ ਜਮੀ ਜੀਣਾ ਹਰਾਮ ਕਰਕੇ, ਉਹ ਤਾਂ ਵਿਚਾਰੇ ਦੇ ਉੱਠਦੇ ਦੇ ਸੌਂਦੇ ਦੇ ਗੱਲ ਚ ਗੂਠਾ ਦਿੰਦੀ ਹੈ। ਹਾਏ ਮੈਂ ਮਰ ਜਾਂ। ਮੈਂ ਤਾਂ ਉਦੋਂ ਕੁੜੀਏ ਤੈਨੂੰ ਟੋਕਣ ਲੱਗੀ ਸੀ ਵੀ ਇਹਦਾ ਰਿਸ਼ਤਾ ਨਾ ਕਰਾ, ਇਹਦੀ ਮਾਂ ਵੀ ਬੜਾ ਬੋਲਦੀ ਆ ਤੇ ਇਹ ਵੀ ਐਂ ਬੋਲੂਗੀ। ਮਾਂ ਫਿਰ ਉਹੀ ਗੱਲ ਹੈ, ਇਹਦੀ ਮਾਂ ਤੇਰੀ ਹੈ ਭੈਣ ਹੈ, ਮੈਨੂੰ ਤਾਂ ਐਂ ਤੀ ਜਿਵੇਂ ਤੁਸੀਂ ਹੋ, ਭੈਣਾ ਭੈਣਾ ਕੱਟੋਗੀ, ਕੱਟਦੀ ਹੋ ਵਧੀਆ, ਉਵੇਂ ਅਸੀਂ ਕੱਟ ਲਾਂਗੇ। ਮੈਂ ਕੱਟ ਗਈ ਪੁੱਤ ਉਹਦੇ ਨਾਲ, ਉਹ ਵੀ ਨਹੀਂ ਸੀ ਕੱਟਣ ਵਾਲੀ, ਉਹ ਵੀ ਬੜਾ ਬੋਲਦੀ ਹੁੰਦੀ ਸੀਗੀ। ਚੱਲ ਕਿਵੇਂ ਮਰਜ਼ੀ ਹੈ ਮਾਸੀ, ਐਂ ਤਾਂ ਵਧੀਆ ਹੈਗੀ ਦੇਖ ਆਪਦਾ ਘਰ ਬੰਨੀ ਤਾਂ ਸੋਚਦੀ ਆ। ਹਾਂ ਉਹਨੇ ਘਰੋਂ ਕਦਮ ਤਾਂ ਨਹੀਂ ਚੱਕਿਆ, ਜਾ ਕੇ ਗਈ ਤੀ ਜਿੰਨਾ ਵੀ ਕਹਿ ਦੇ ਉਦੇ, ਜਿੱਦੇ ਬੁਲਾਈ ਤੀ ਮੈਂ। ਸਮਝਾ ਗਈ ਸੀ ਬਹੁਤ, ਪਰ ਉਹਦੀ ਤਾਂ ਕੁੱਤੇ ਖਾਣੀ ਕਰਕੇ ਕੱਢੀਆਂ ਨੇ ਆਪਦੀ ਮਾਂ ਦੀ ਤਾਂ। ਹਾਏ ਮੈਂ ਮਰ ਜਾ। ਫਿਰ ਤੂੰ ਗੱਲ ਸੁਣੋ, ਜਦੋਂ ਮਾਂ ਦੀ ਕੁੱਤੇ ਖਾਣੀ ਕੀਤੀ ਹੈ ਤੇ ਮਾਸੀ ਕੀ ਲੱਗੀ? ਮਾਂ ਮੈਂ ਤੈਨੂੰ ਤਾਂ ਬੁਲਾਇਆ, ਮੈਂ ਕਿਹਾ ਦੇਖ ਮਾਸੀ ਤਾਂ ਮਾੜਾ ਮੋਟਾ ਹਾਲੇ ਘੱਟ ਬੋਲਦੀ ਹੈ, ਐਂ ਜੇ ਸਾਰ ਦਿੰਦੀ ਉਹ ਤਾਂ ਚੱਲ ਕੋਈ ਨਾ ਕੋਈ ਨਾ, ਤੂੰ ਮਖਾ ਇਹਦੀ ਗੁੱਤਨੀ ਨੂੰ ਗੇੜਾ ਚੱਜ ਨਾਲ ਦੇ ਦੇਂਗੀ। ਮੈਂ ਤਾਂ ਚੰਗੀ ਤਰ੍ਹਾਂ ਪੱਟ ਕੇ ਜਾਊਂਗੀ ਗੁੱਤੇ ਦੀ, ਜਾਂ ਤਾਂ ਸਮਝੇ ਜੋ ਜਾਂ ਵਿਗੜ ਜੂਗੀ, ਇੱਕ ਕੰਮ ਕਰੂੰਗੀ। ਕੱਲ ਤਾਂ ਇੰਨੀ ਨੌਬਤ ਆ ਗਈ ਸੀ, ਠੀਕ ਹੈ ਬਾਪੂ ਨਾਲ ਲੜ ਪਈ, ਕੁੱਤ ਕਲੇਸ ਕਰ ਲਿਆ ਬਿਨਾਂ ਦੱਸੇ, ਬਾਪੂ ਬੈਗ ਚੱਕ ਕੇ ਉਰੇ ਵਗ ਗਿਆ। ਰੱਬ ਜਾਣੇ ਕਿੱਥੇ ਸੋਚਿਆ ਸੀ ਬਾਪੂ ਨੇ ਜਾਣ ਦਾ, ਉਹ ਤਾਂ ਸ਼ੁਕਰ ਹੈ ਸਾਡੇ ਪਿੰਡ ਦੇ ਉਰੇ ਕਿਸੇ ਮੁੰਡੇ ਨੂੰ ਮਿਲ ਗਿਆ ਰਾਤ। ਨਹੀਂ ਕਮਲ ਗਏ, ਸਿਆਣਾ ਘਰ ਦੇ ਵਿੱਚ ਹੁੰਦਾ, ਕਹਿੰਦੇ ਘਰ ਦਾ ਜਿੰਦਾ ਹੁੰਦਾ ਗਾ, ਜੇ ਉਹਨੂੰ ਕੁਛ ਹੋ ਜਾਂਦਾ ਸਾਰੀ ਉਮਰ ਦਾ ਲਾਂਬਾ ਪਤਾ ਕਿਹਨੂੰ ਹੁੰਦਾ, ਨਾਲ ਤੈਨੂੰ ਵੀ ਹੁੰਦਾ। ਮਾਂ ਹੁਣ ਮੈਂ ਤਾਂ ਉਹੀ ਫਰੀ ਚ ਬਦਨਾਮ ਹੁੰਦੀ ਫਿਰ। ਹਾਂ ਪੁੱਤ ਕੋਈ ਗੱਲ ਨੀ, ਹੁਣ ਕਰਦੇ ਇਹਦੇ ਨਾਲ ਗੱਲ। ਬਾਪੂ ਨੂੰ ਭੇਜੋ ਤੁਸੀਂ, ਤੇ ਆਪਣਾ ਕੀ ਕਹਿੰਦੀ ਸੀ ਮੈਂ, ਹੋਰ ਮੇਰੇ ਸਾਹਮਣੇ ਤਾਂ ਆਵੇ, ਇਹ ਆਜੂਗੀ ਸਾਹਮਣੇ ਤਾਂ, ਹੁਣ ਤਾਂ ਪਤਾ ਲੱਗ ਰਿਹਾ ਵੀ ਆਪਦੀ ਮਾਂ ਨੂੰ ਬੁਲਾਈ ਬੈਠੀ ਹੈ, ਤਾਂ ਨਹੀਂ ਆਉਂਦੀ ਫਿਰ, ਤਾਂ ਹੀ ਨਹੀਂ ਆਉਂਦੀ, ਡਰਦੀ ਆ ਮੈਥੋਂ, ਡਰਦੀ ਤਾਂ ਇਹ ਪਹਿਲੇ ਦਿਨ ਤੋਂ ਸੀ ਮੈਥੋਂ।
ਸਤਿ ਸ੍ਰੀ ਅਕਾਲ। ਬਹਿ ਜਾਓ ਬਾਪੂ, ਬਹਿ ਜਾਓ ਬਹਿ ਜਾਓ, ਕੋਈ ਨੀ। ਦੇਖ ਲੈ ਮਾਂ ਇਹ ਐ ਨੀ ਸੋਚਦੀ ਹੈਗੀ ਵੀ ਸਾਡੀ ਸੱਸ ਤਾਂ ਇਹਨਾਂ ਨੂੰ ਐਡਾ ਐਡਾ ਇੱਕ ਨੂੰ ਛੱਡ ਕੇ ਤੁਰ ਗਈ ਸੀ। ਬਾਪੂ ਨੇ ਪਾਲੇ ਨੇ ਦੋਏ ਭਾਈ ਵੀ ਇਹਨੂੰ ਵਿਚਾਰੇ ਨੂੰ ਹੁਣ ਤਾਂ ਸੁੱਖ ਦੀ ਘੜੀ ਦੇਖਣ ਦੇ ਦੀਏ। ਉਹੀ ਤਾਂ ਗੱਲ ਹੈ ਧੀਏ, ਮੇਰੀ ਗੱਲ ਸੁਣ, ਸੱਸ ਨਾਲ ਤਾਂ ਬੰਦਾ ਸਰੀਕਾ ਕਰਦਾ ਆਇਆ, ਕਿਤੇ ਸਹੁਰੇ ਨਾਲ ਵੀ ਕਰਦੇ ਹੁੰਦੇ ਸਰੀਕਾ? ਫਿਰ ਉਹੀ ਤਾਂ ਗੱਲ ਹੈ। ਨਾਲੇ ਬਾਈ ਤੁਹਾਨੂੰ ਕੀ ਲੋੜ ਸੀ ਘਰੋਂ ਜਾਣ ਦੀ? ਤੁਹਾਡਾ ਘਰ ਹੈਗਾ। ਉਹ ਘਰ ਤਾਂ ਸਾਡਾ ਹੀ ਆ ਭਾਈ, ਮੈਂ ਵੀ ਮੰਨਦਾਗਾ ਇਹ ਵੀ ਤਾਂ ਸਾਡੂ ਹੀ ਆ। ਸੋਰੀ ਗੱਲ ਕਰ, ਹੁਣ ਕੀ ਕਰੀਏ ਜਦੋਂ ਗੱਲ 'ਚ ਫਾਹੀ ਪਈ ਰੱਖਦੀ ਹੈਗੀ। ਅੱਕਿਆ ਹੋਇਆ ਗਿਆ ਸੀ ਮੈਂ ਤਾਂ। ਮੇਰੀ ਗੱਲ ਸੁਣੋ, ਅੱਕਣਾ ਨਹੀਂ ਚਾਹੀਦਾ, ਦੁੱਖ ਨੂੰ ਸਾਹਮਣਾ ਕਰਨਾ ਚਾਹੀਦਾ ਗਾ। ਜੇ ਤੁਸੀਂ ਘਰੋਂ ਭਾਗੇ ਇਹਨਾਂ ਜਵਾਕਾਂ ਦਾ ਕੀ ਬਣੂਗਾ? ਉਹੀ ਤਾਂ ਗੱਲ ਹੈ, ਕਮਲੀ ਆ ਪਹਿਲਾਂ। ਉਹ ਤਾਂ ਆਈ ਚਾਹੁੰਦੀ ਹੈ ਵੀ ਇਹ ਜਿੱਤ ਭਗ ਜਾਣਾ ਉਹਨੇ ਨਾ ਉੜ ਕੇ, ਉਹ ਉਦਿਨ ਦੀ ਜਿੱਦ ਫੜੀ ਹੈ ਜਿੰਦਾ ਵਿਆਹ ਹੋਇਆ। ਬਾਪੂ ਨੂੰ ਅੱਡ ਕਰੋ, ਬਾਪੂ ਨੂੰ ਅੱਡ ਕਰੋ। ਮੈਂ ਕਿਹਾ ਬਾਪੂ ਨੂੰ ਕਿਹਦੇ ਨਾਲ ਅੱਡ ਕਰੀਏ, ਜੇ ਬੁੜੀ ਹੁੰਦੀ ਬਾਪੂ ਨੂੰ ਅੱਡ ਕਰ ਦਿੰਦੇ ਨਾ? ਸ਼ਰਮ ਨਹੀਂ ਆਊਗੀ ਤੁਹਾਨੂੰ? ਲੋਕ ਕੀ ਕਹਿਣਗੇ, ਲੋਕ ਅਗਲੇ ਉਂਗਲਾ ਕਰਿਆ ਕਰਨਗੇ। ਨਾਲੇ ਐ ਕਹਿੰਦੀ ਹੈ ਤੂੰ ਤੁਹਾਡੇ ਨਾਲ ਮੈਂ ਅੱਡ ਨਹੀਂ ਹੁੰਦੀ, ਸਾਡੇ ਨਾਲੋਂ ਕਹਿੰਦੀ ਇਕੱਲੇ ਬਾਪੂ ਨੂੰ ਕਰੋ ਲੈ, ਕਿ ਇਕੱਲੇ ਬਾਪੂ ਨੂੰ ਅਸੀਂ ਗੱਲ 'ਚ ਗੁੱਠਾ ਦੇ ਦੇਈਏ। ਅਗਲੇ ਕਹਿਣਗੇ ਗਏ ਘਰ ਦੀਆਂ ਆ ਗਈਆਂ ਜਿਹੜੀਆਂ ਬੁੜੇ ਨੂੰ ਅੱਡ ਕਰਤਾ, ਫਿਰ ਇਹਨਾਂ ਨੇ ਬੁੜੇ ਨਾਲ ਵੀ ਨਹੀਂ ਕੱਟਿਆ। ਜੇ ਬੁੜੀ ਹੁੰਦੀ ਉਹਦਾ ਪਤਾ ਨਹੀਂ ਕੀ ਕੁਛ ਕਰਦੀਆਂ ਇਹ ਨਾ। ਹੁਣ ਉਹਨੂੰ ਪਤਾ ਨਹੀਂ ਲੱਗਦਾ ਵੀ ਅੰਦਰ ਜਾਣ ਕੇ ਨਿਕਲਦੀ ਬਾਹਰ। ਛੱਪਲ ਗਈ ਹੋਣੀ ਆ ਭਾਈ, ਛੱਪਲ ਗਈ ਆ ਵੀ ਹੁਣ ਨਾ ਉਹ ਤੋਂ ਕੰਮ ਹੁੰਦਾਗਾ। ਉਰੇ ਆ ਹੁਣ ਬਈ ਬਾਹਰ, ਹੁਣ ਤਾਂ ਤੇਰੀ ਇੰਨੀ ਜਵਾਨ ਚੱਲਦੀ ਹੈ, ਹੁਣ ਤਾਂ ਰਿਸ਼ਤੇਦਾਰਾਂ ਦਾ ਪਤਾ ਨਹੀਂ ਲੱਗਦਾ, ਆਪਦੀ ਮਾਂ ਵੇਲੇ ਕਿਵੇਂ ਭੱਜ ਕੇ ਜੱਫੀਆਂ ਪਾ ਲੈਣੀ ਆ ਤੂੰ? ਹੁਣ ਇਹਨੂੰ ਆਇਆ ਵੀ ਮੇਰੀ ਬੇਇੱਜ਼ਤੀ ਹੋਊਗੀ ਤਾਂ ਨਹੀਂ ਨਿਕਲਦੀ ਬਾਹਰ। ਬੇਇੱਜ਼ਤੀ ਤੋਂ ਕਿੱਥੇ ਡਰਦੀ ਹੈ ਮਾਂ, ਤੇਰੇ ਨਾਲ ਦੇਖੀ ਕੀ ਕੁੱਤੇ ਖਾਣੀ ਕਰੂਗੀ ਇਹ। ਆ ਹੁਣ ਕੋਈ ਗਵਾਂਢੀਆਂ ਤਾਂ ਛੱਡ ਕੇ ਗਿਆ ਬਾਪੂ ਨੂੰ ਰੇ, ਤੇ ਜਦੋਂ ਉਹ ਛੱਡ ਕੇ ਮੁੜਿਆ ਨਾਲ ਦੀ ਨਾਲ ਕਲੇਸ਼ ਫੇਰ ਛੇੜ ਲਿਆ ਬਾਪੂ ਨਾਲ। ਫਿਰ ਅੱਜ ਤਾਂ ਕਰਾਂਗੇ ਦੀ ਧਰਨ ਟਿਕਾਣੇ, ਆਏ ਨਹੀਂ ਲੋਟ ਆਉਂਦੀ। ਤੈਨੂੰ ਮੈਂ ਦੱਸਤੀ ਗੱਲ, ਮੈਂ ਤਾਂ ਇਹਦੀ ਮਾਂ ਨੂੰ ਦੱਸ ਕੇ ਨਹੀਂ ਆਈ, ਮੈਂ ਤਾਂ ਬਿਨਾਂ ਦੱਸੇ ਤੇ ਹੀ ਆਈ ਹੈਗੀ। ਆਉਂਦੀ ਆ। ਸਤਿ ਸ਼੍ਰੀ ਅਕਾਲ ਮਾਸੀ। ਸਤਿ ਸ਼੍ਰੀ ਅਕਾਲ, ਹੋਰ ਠੀਕ ਹੋ? ਮੈਂ ਤਾਂ ਠੀਕ ਹਾਂ, ਤੂੰ ਨਹੀਂ ਠੀਕ ਹੈ ਨਾ? ਬਹਿ ਜਾ ਇਹਦਾ ਇੱਧਰ। ਕਿਉਂ ਮੈਨੂੰ ਠੀਕ ਨੂੰ ਕੀ ਹੋਇਆ ਮਾਸੀ? ਠੀਕ ਤਾਂ ਮੈਂ ਤੁਹਾਨੂੰ ਦੱਸਦੀ ਹਾਂ ਨਾ ਵੀ ਤੈਨੂੰ ਕੀ ਹੋਇਆ। ਨਾ ਪਹਿਲਾਂ ਤਾਂ ਮੈਨੂੰ ਐਂ ਦੱਸ, ਜਦੋਂ ਤੇਰੀ ਮਾਂ ਆਪਦੀ ਆਈ ਤੀ ਤੂੰ ਉਦੋਂ ਤਾਂ ਬਾਹਰ 'ਚ ਜੱਫੀ ਪਾ ਕੇ ਲਈ ਤੀ ਉਹਨੂੰ, ਤੇ ਹੁਣ ਮੇਰੀ ਮਾਂ ਤੇਰੀ ਕੁਛ ਲੱਗਦੀ ਨਹੀਂ? ਊਂ ਤਾਂ ਤੂੰ ਕਹਿੰਦੀ ਹੁੰਦੀ ਹੈ ਲਵਪ੍ਰੀਤ, ਜੇ ਆਪਾਂ ਮੈਂ ਤਾਂ ਕਦੇ ਫਰਕ ਨਹੀਂ ਕਰਿਆ ਵੀ ਆਪਾਂ ਮਾਸੀਆਂ ਦੀਆਂ ਸਕੀਆਂ ਭੈਣਾਂ ਤਾਂ ਤੂੰ ਵੱਧਦਾ, ਫਿਰ ਮੇਰੀ ਮਾਂ ਤਾਂ ਤੇਰੀ ਕੁਛ ਲੱਗੀ ਨਾ? ਦੀਦੀ ਫਰਕ ਮੈਂ ਵੀ ਨਹੀਂ ਕੀਤਾ, ਤੁਹਾਨੂੰ ਪਤਾ ਅੰਦਰ ਨਹੀਂ ਪਤਾ ਲੱਗਦਾ ਸਾਡੇ ਕਮਰੇ 'ਚ, ਇੱਥੇ ਤਾਂ ਪਤਾ ਲੱਗ ਗਿਆ ਸੀ ਪੁੱਤ। ਫਿਰ ਹੁਣ ਆ ਤਾਂ ਗਈ ਮੈਂ ਮਾਸੀ, ਕੀ ਹੋ ਗਿਆ? ਨਾ 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 ਨਾ, ਜਿਵੇਂ ਪਹਿਲਾਂ ਮੈਨੂੰ ਮਿਲਦੀ ਸੀ ਐਂ ਨਹੀਂ ਮਿਲੀ। ਮਾਸੀ ਮੈਂ ਤਾਂ ਉਵੇਂ ਮਿਲੀ ਹਾਂ, ਤੈਨੂੰ ਇਹ ਫਰਕ ਲੱਗਿਆ ਤੇ ਮੈਨੂੰ ਤਾਂ ਤੇਰੇ 'ਚ ਫਰਕ ਲੱਗ ਰਿਹਾ ਜਿਵੇਂ ਤੂੰ ਮੈਨੂੰ ਰੁੱਖਾ ਰੁੱਖਾ ਜਿਹਾ ਬੋਲੀ ਜਾਂਦੀ ਆ। ਮੇਰੇ 'ਚ ਨਹੀਂ ਫਰਕ ਹੈਗਾ, ਫਰਕ ਤੇਰੇ 'ਚ ਹੈ। ਤੂੰ ਦੱਸ ਤੈਨੂੰ ਕੀ ਬਿਮਾਰੀ ਆ ਜਿਹੜੀ ਬੁੜੇ ਨਾਲ ਲੜਦੀ ਰਹਿੰਦੀ ਆ। ਮਾਸੀ ਪਹਿਲੇ ਤਾਂ ਪਿਆਰ ਨਾਲ ਬੋਲ, ਤੇ ਦੂਜੀ ਗੱਲ ਨਾਲੇ ਤੂੰ ਹੁੰਦੀ ਕੌਣ ਹੈਗੀ? ਪ੍ਰੀਤ ਮੜੇ ਜ਼ਬਾਨ ਸੰਭਾਲ ਕੇ ਗੱਲ ਕਰ, ਹੁੰਦੀ ਕੌਣ ਹੈਗੀ? ਅਕੇ ਗੱਲ ਸੁਣ ਲੈ, ਮੇਰੀ ਧੀ ਨੇ ਰਿਸ਼ਤਾ ਕਰਾਇਆ ਸੀ, ਲੋਕ ਸਾਨੂੰ ਉਲਾਂਭੇ ਦਿੰਦੇ ਨੇ ਨਾ। ਮੇਰੀ ਮਾਂ ਆਈ ਸੀ ਦੀਦੀ, ਮੇਰੀ ਮਾਂ ਤੁਹਾਨੂੰ ਐ ਬੋਲੀਏ ਜਿਵੇਂ ਤੁਹਾਡੀ ਮਾਂ ਮੈਨੂੰ ਬੋਲੀ ਜਾਂਦੀ ਆ? ਮਾਸੀ ਤਾਂ ਭੋਲੀ ਐ, ਮਾਸੀ ਤੇ ਤਾਂ ਤੂੰ ਆਉਂਦੀ ਨਹੀਂ ਲੋਟ। ਉਹ ਤਾਂ ਪਤਾ ਹੀ ਐ, ਉਹ ਤਾਂ ਪਤਾ ਹੀ ਐ ਮੇਰੀ ਮਾਂ ਭੋਲੀ ਆ, ਤੁਹਾਡੀ ਮਾਂ ਬਾਲੀ ਚਲਾਕ ਐ ਨਾ। ਉਹ ਵੀ ਮੇਰੀ ਭੈਣ ਐ, ਕੋਈ ਗੱਲ ਨਹੀਂ ਉਹਦੀ ਥਾਂ ਤੇ ਮੈਂ ਬੋਲ ਪਈ ਹੈ। ਫਿਰ ਐਵੇਂ ਥੋੜੀ ਐ ਮਾਸੀ, ਜੇ ਤੂੰ ਮੇਰੀ ਮਾਸੀ ਲੱਗਦੀ ਐ ਫਿਰ ਕੁਛ ਵੀ ਬੋਲੀ ਜਾਏਗੀ। ਤੂੰ ਕਿਤੇ ਮੇਰਾ ਪੱਖ ਤਾਂ ਕੀ ਪੂਰਨਾ ਸੀ ਵੀ ਮੈਂ ਤੁਹਾਡੀ ਕੁੜੀ ਆ, ਤੂੰ ਉਹਦਾ ਪੱਖ ਪੂਰੀ ਜਾਂਦੀ ਆ? ਉਹਨੇ ਤੈਨੂੰ ਕੀ ਕਹਿ ਰਹੀ? ਮਾੜੀ ਮੋਟੀ ਸ਼ਰਮ ਲਿਹਾਜ਼ ਰੱਖਿਆ ਕਰ, ਠੀਕ ਹੈ ਨਾ? ਵੱਡਿਆਂ ਨੂੰ ਬੋਲਣ ਦੀ ਅਕਲ ਰੱਖਿਆ ਕਰ। ਗੱਲ ਸੁਣ ਕੁੜੀਏ, ਚੁੱਪ ਕਰ, ਦੱਸ ਬੁੜੇ ਨੇ ਕੀ ਕਿਹਾ ਤੈਨੂੰ? ਕਿਹਾ ਕਿਉਂ ਨਹੀਂ ਕੁਛ ਮੈਨੂੰ? ਕੀ ਕਹਿਤਾ? ਤੁਹਾਡੀ ਕੁੜੀ ਨੂੰ ਵੀ ਚੰਗਾ ਭਲਾ ਪਤਾ ਹੀ ਆ ਬਾਈ, ਆਪਾਂ ਜਦੋਂ ਮੇਰੀ ਅਗਲੇ ਨਾਲ ਨਹੀਂ ਮੱਤ ਮਿਲਦੀ ਹੈਗੀ ਫਿਰ ਨਹੀਂ ਮਿਲਦੀ। ਬਸ ਫਿਰ ਤੂੰ ਐਂ ਕਹਿ ਦੇ ਵੀ ਮੱਤ ਨਹੀਂ ਮਿਲਦੀ, ਤੂੰ ਨਾ ਬੁਲਾ ਭਾਈ। ਨਹੀਂ ਬੁਲਾਉਂਦੀ ਮੈਂ,
ਪਰ ਮੈਨੂੰ ਨਾਲ ਨਹੀਂ ਰੱਖ ਸਕਦੀ, ਇਕੱਠੇ ਨਹੀਂ ਰਹਿ ਸਕਦੇ ਇਹਨਾਂ ਨਾਲ ਮੈਂ। ਤੂੰ ਕਿਹਦੇ ਨਾਲ ਰਹੇਂਗੀ ਫਿਰ? ਮੈਂ ਜਦੋਂ ਇਹਨਾਂ ਨੂੰ ਕਿਹਾ ਵੀ ਇਹਨੂੰ ਅੱਡ ਕਰ ਦਿਓ, ਫਿਰ ਅੱਡ ਕਿਉਂ ਨਹੀਂ ਕਰਦੇ? ਅਸੀਂ ਅੱਡ ਹੋ ਜਾਾਂਗੇ ਨਾਲ ਬਾਪੂ ਦੇ, ਇਕੱਲੇ ਥੋੜੀ ਕਰਾਂਗੇ। ਕਿਹਦੇ ਨਾਲ ਅੱਡ ਹੋ? ਫਿਰ ਤੂੰ ਦੱਸ ਕਿਹਦੇ ਨਾਲ? ਤੂੰ ਕਿਹਦੇ ਨਾਲ ਅੱਡ ਹੋਏਂਗੀ? ਵਰਿੰਦਰ ਤਾਂ ਜੇ ਵਰਿੰਦਰ ਹੁੰਦਾ ਨਾ, ਮੈਂ ਵਰਿੰਦਰ ਨਾਲ ਅੱਡ ਹੋ ਜਾਂਦੀ, ਪਰ ਹੁਣ ਜਦੋਂ ਵਰਿੰਦਰ ਨਹੀਂ ਹੈਗਾ, ਹੁਣ ਤਾਂ ਇਹਨਾਂ ਨੂੰ ਮੇਰੇ ਨਾਲ ਅੱਡ ਹੋਣਾ ਪਊਗਾ। ਨਹੀਂ, ਲੋਕ ਕੀ ਕਹਿਣਗੇ ਤੁਹਾਨੂੰ? ਅਗਲਾ ਕਹਿੰਦਾ ਬੁੜੇ ਨੂੰ ਰੋਟੀ ਨਹੀਂ ਦਿੰਦੇ। ਲੋਕ ਤਾਂ ਹੁਣ ਵੀ ਵਾਧੂ ਕਹਿੰਦੇ ਨੇ, ਹੁਣ ਜਦੋਂ ਬੈਗ ਚੱਕ ਕੇ ਕੱਲ ਗਿਆ ਤੇ ਲੋਕਾਂ ਨੇ ਤਾਂ ਕੱਲ ਵੀ 100 ਗੱਲਾਂ ਬਣਾਈਆਂ ਹੋਣੀਆਂ, ਆਪਣੀਆਂ ਬਣਾਈਆਂ ਨੇ। ਬਾਪੂ ਦਾ ਨਹੀਂ ਕੁਝ ਵਿਗੜਿਆ, ਆਪਣਾ ਵਿਗੜਿਆ। ਇਹਨੇ ਤਾਂ ਵਿਚਾਰਾ ਚੰਗਾ ਸੀ, ਨਹੀਂ ਮੈਂਬਰ ਸਰਪੰਚ ਕੋਲੇ ਜਾਂਦਾ ਜੇ ਹੈ ਜਾ ਹੁੰਦਾ। ਫਿਰ ਮੈਂਬਰ ਸਰਪੰਚ ਕੀ ਕਰ ਲੂਗਾ ਮੇਰਾ? ਬੇਬੇ ਉਹ ਵੀ ਬਾਪੂ ਨੇ ਤਾਂ ਬਹੁਤ ਸੋਚ ਲਿਆ ਸਾਡੇ ਬਾਰੇ ਮਾਂ, ਇਹਨੇ ਤਾਂ ਵਿਚਾਰੇ ਨੇ ਇਹ ਵੀ ਸੋਚ ਲਿਆ ਵੀ ਚੱਲ ਕਾਹਨੂੰ ਜ਼ਮੀਨ ਇਹਦੇ ਨਾਂ ਹਾਲੇ ਤੱਕ ਹੈ ਨਹੀਂ ਗੀ, ਜ਼ਮੀਨ ਇਹਨੇ ਨਾ ਕਰਾ ਰੱਖੀ ਹੈ ਕਦੋਂ ਦੀ ਦੋਵੇਂ ਭਾਈਆਂ ਦੇ। ਲੈ ਦੇਖ ਲੈ, ਮੈਂ ਇਹਦੀ ਜ਼ਮੀਨ ਤੋਂ ਕੁਛ ਨਹੀਂ ਲੈਣਾ, ਮੈਨੂੰ ਚਾਹੇ ਕੱਖ ਨਾ ਦੇਵੇ। ਪਰ ਬੁੜਾ ਦੂਰ ਹੋਣਾ ਚਾਹੀਦਾ ਹੈ, ਇਹ ਨਹੀਂ ਹੁੰਦਾ ਫਿਰ, ਇਹ ਤਾਂ ਇਹਨਾਂ ਦਾ ਨਾਲ ਹੀ ਰਹੂਗਾ। ਮਾਸੀ ਤੂੰ ਆ ਕੇ ਸਾਡੀ ਇੱਥੇ ਨਾ ਇੰਟਰਫੇਅਰ ਨਾ ਕਰ, ਦੱਸਦਾ ਤੈਨੂੰ ਮੈਂ ਇੱਥੇ ਕਿੱਥੇ ਆ ਕੇ ਕਰੀ ਆ ਵੀ ਵੱਧ ਘੱਟ ਨਾ ਬੋਲ। ਨਾ ਵੱਧ ਘੱਟ ਮੈਂ ਬੋਲਦੀ ਆ ਕਿ ਮਾਸੀ ਤੂੰ ਬੋਲਦੀ ਆ? ਕਿਤੇ ਤੂੰ ਪੱਖ ਤਾਂ ਮੇਰਾ ਪੂਰਨਾ ਸੀ, ਤੇ ਨਾਲੇ ਮੇਰੀ ਗੱਲ ਸੁਣ ਲੈ, ਮੇਰੀ ਮਾਂ ਆਈ ਸੀ ਸਮਾਂ ਦੀ, ਮੈਨੂੰ ਇਹ ਬੋਲ ਕੇ ਗਈ ਆ, ਤੇਰੀ ਕੁੜੀ ਨੂੰ ਉਹਨੇ ਕੁਛ ਨਹੀਂ ਕਿਹਾ, ਤੇ ਤੂੰ ਆ ਕੇ ਉਲਟਾ ਮੈਨੂੰ ਇਹ ਲੱਗੀ ਬੋਲਣਾ। ਮੇਰੀ ਗੱਲ ਸੁਣ, ਮਾਂ ਆਈ ਤੇਰੇ ਮਾਰੀ ਹੈਗੀ, ਤੂੰ ਗਲਤ ਹੈਗੀ, ਤੇਰੀ ਮਾਂ ਤੈਨੂੰ ਇਕੱਲੀ ਨੂੰ ਤਾਂ ਸਮਝਾ ਕੇ ਗਈ ਸੀ, ਤੇਰੇ 'ਚ ਸਾਰੀਆਂ ਗਲਤੀਆਂ ਨੇ, ਜੇ ਇਹਨੇ ਗਲਤੀ ਕੀਤੀ ਹੋਵੇ ਤਾਂ ਮੈਂ ਕਹਾਂ। ਮੇਰੇ 'ਚ ਤਾਂ ਗਲਤੀ ਲੱਗਣੀ ਸੀ ਮਾਸੀ ਤੈਨੂੰ, ਕਿਉਂਕਿ ਮੈਂ ਤਾਂ ਬਗਾਨੀ ਹਾਂ, ਇਹ ਤੇਰੀ ਆਪਦੀ ਕੁੜੀ ਹੈ, ਤੇ ਨਾਲੇ ਮੇਰੀ ਗੱਲ ਸੁਣੋ, ਕੋਈ ਇਹਦਾ ਰਿਸ਼ਤੇਦਾਰ ਵੀ ਬੁਲਾ ਲਓ ਜਿਹੜਾ ਕੋਈ ਸਮਝਦਾਰ ਹੋਵੇ, ਜਿਹੜਾ ਦੱਸੇ ਵੀ ਇਹ 'ਚ ਗਲਤੀ ਹੈਗੀ ਹੈ ਜਾਂ ਨਹੀਂ। ਆਈ ਸੀ ਭਾਈ, ਮੇਰੀ ਵੀ ਭੈਣ ਆਈ ਸੀ, ਉਹਨੂੰ ਵੀ ਫੁੱਲ ਪਾ ਕੇ ਤੋਰੇ ਸੀ, ਭੂਆ ਨੂੰ ਬਹੁਤ ਬੇਇੱਜ਼ਤੀ, ਭੂਆ ਦੀ ਬਹੁਤ ਬੇਇੱਜ਼ਤੀ ਕਰੀ ਤੇ ਨੇ। ਮਰ ਜਾ ਕੁੜੀਏ, ਤੂੰ ਤਾਂ ਹੱਦ ਹੀ ਟਪਾਤੀ, ਮੇਰੀ ਗੱਲ ਸੁਣ ਲੈ ਤੂੰ, ਤੂੰ ਹੁਣ ਵੀ ਸਮਝ ਜਾ, ਅਕਲ ਨੂੰ ਹੱਥ ਮਾਰ ਕੁਛ ਮਾੜਾ ਮੋਟਾ। ਮੈਂ ਤਾਂ ਮਾਸੀ ਸਮਝੀ ਹੋਈ ਆ, ਜੇ ਤੁਸੀਂ ਇਹਨੂੰ ਸਮਝਾਉਣਾ ਤਾਂ ਸਮਝਾ ਦਿਓ, ਚੰਗੇ ਰਹੋਗੇ। ਸਿਆਣੀ ਬਣ, ਆਹੋ ਤੂੰ ਪਰਿਵਾਰ ਚ ਰਹਿ, ਤੂੰ ਬੋਲਣਾ, ਤੇਰੇ ਸਹੁਰੇ ਨੂੰ ਪਿਓ ਪਿਓ ਕਹਿ ਤੂੰ। ਬਸ ਮਾਸੀ ਆ ਬੰਨੇ ਹੱਥ, ਜੇ ਕੋਈ ਹੋਰ ਰਿਸ਼ਤੇਦਾਰ ਰਹਿ ਗਏ ਨਾ ਦੀਦੀ, ਉਹ ਵੀ ਬੁਲਾ ਲਈ ਬੇਇੱਜ਼ਤੀ ਕਰਵਾਉਣ ਨੂੰ, ਪਹਿਲਾਂ ਮੇਰੀ ਮਾਂ ਤੋਂ ਕਰਵਾਤੀ, ਹੁਣ ਆਪਦੀ ਮਾਂ ਤੋਂ ਕਰਵਾਤੀ ਬੁਲਾ ਕੇ। ਕੋਈ ਰਿਸ਼ਤੇਦਾਰ ਦੂਆ ਤਾਂ ਆਉਂਦਾ ਨਹੀਂ, ਤੇ ਮੇਰਾ ਤਾਂ ਟੱਲ ਫੈਸਲਾ, ਮੈਂ ਤੇ ਇਸ਼ੂ ਤਾਂ ਅੱਡ ਹੁੰਨੇ ਬਾਪੂ ਨਾਲ, ਕੁਛ ਮਰਜ਼ੀ ਮਰਜ਼ੀ ਰਹਿ, ਆਪਦਾ ਅੱਧਾ ਘਰ ਵੰਡ ਲੈ, ਤੂੰ ਦੇਖ ਲੈ ਬੱਤਰ ਇਹ ਤਾਂ ਕਿਵੇਂ ਵੰਡ ਲੈ, ਇਹ ਤਾਂ ਮੈਂ ਵੰਡਣ ਨਹੀਂ ਦਿੰਦੀ, ਜੇ ਅੱਡ ਹੋਊਗਾ ਤਾਂ ਕੱਲਾ ਇਹ ਹੋਊਗਾ, ਨਹੀਂ ਮੈਂ ਤਾਂ ਤੁਹਾਡੇ ਨਾਲ ਨਹੀਂ ਚੱਲਦੀ, ਤੇਰੀ ਨਹੀਂ ਚੱਲਦੀ, ਜਿਹਦੇ ਨਾਲ ਵੱਡੇ ਹੁੰਦੇ ਨੇ ਉਹਦੀ ਚੱਲਦੀ ਹੈ, ਵੱਡੇ ਵਾਲੀ ਤਾਂ ਇਹ 'ਚ ਕੋਈ ਗੱਲਬਾਤ ਹੈ ਹੀ ਨਹੀਂ, ਅਕਲ ਤੇਰੀ ਗਿੱਟਿਆਂ 'ਚ ਹੈ, ਨਾਲੇ ਜੇ ਇੰਨਾ ਸਮਝਦਾਰ ਹੁੰਦਾ ਨਾ ਤਾਂ ਇੰਨੀਆਂ ਗਾਲਾਂ ਨਾ ਖਾਂਦਾ, ਕੋਈ ਨਾ ਕੋਈ ਫੈਸਲਾ ਕਰੇ ਦਿੰਦਾ। ਕਰਨੇ ਪਊ ਭਾਈ ਕੋਈ ਨਾ ਕੋਈ ਫੈਸਲਾ, ਮੇਰਾ ਪੁੱਤ ਬਣ ਕੇ ਐਂ ਕਰ, ਮੈਨੂੰ ਜ਼ਹਿਰ ਲਿਆ ਦੇ, ਮੈਂ ਮਰ ਜਾਂਦਾ, ਨਾਲੇ ਤੂੰ ਖੁਸ਼, ਨਾਲੇ ਚੱਲ ਮੈਂ ਰੱਬ ਦੇ ਲੇਖੇ ਲੱਗ ਜੂੰਗਾ। ਜਿਹਨੇ ਮਰਨਾ ਹੁੰਦਾ ਨਾ ਉਹਨੂੰ ਜ਼ਹਿਰ ਲਿਆਉਣ ਦੀ ਲੋੜ ਨਹੀਂ ਪੈਂਦੀ, ਠੀਕ ਹੈ, ਬਾਕੀ ਆਪੇ ਸਮਝਦਾਰ ਹਾਂ ਤੂੰ। ਕੁੜੀਏ ਕੀ ਬੋਲੀ ਜਾਂਦੀ ਆ, ਦੇਖ ਲਾ ਹਾਏ ਮੈਂ ਮਰ ਜਾਂ, ਕਿੱਡਾ ਵੱਡਾ ਟੱਪਾ ਕਹਿ ਗਈ ਇਹ ਤਾਂ, ਤੁਹਾਡੇ ਵਰਗਿਆਂ ਨੂੰ ਕਿੱਥੇ ਮਿੱਤਦੀ ਆ। ਦੇਖ ਲੈ ਮਾਂ ਫਿਰ ਤੂੰ ਲਾਲਾ ਸਾਹਿਬ ਹੋਣੇ ਤੋਂ, ਬਸ ਤਾਂ ਵੀ ਸਾਡਾ ਜੂਨ ਔਖੀ ਕਰਖੀ ਹੈ। ਬਾਪੂ ਜੀ ਇਹਦੀ ਗੱਲਾਂ ਨਾ ਸੁਣਿਆ ਕਰੋ, ਕੋਈ ਨਾ ਤੁਸੀਂ ਅੰਦਰ ਜਾ ਕੇ ਆਰਾਮ ਕਰ ਲਓ, ਅਣਸੁਣੀ ਕਰ ਦਿਓ ਇਹਦੀ ਗੱਲ। ਮੈਂ ਚਾਹ ਬਣਾ ਦਿੰਦੀ ਹਾਂ, ਨਾਲੇ ਮਾਂ ਤੂੰ ਪੀ ਲਈ, ਨਾਲੇ ਬਾਪੂ ਪੀ ਲੂਗਾ। ਚੱਲ ਬਣਾ ਲਾ ਭਾਈ। ਕੀ ਬਣੇ ਪੁੱਤੇ ਦਾ, ਦੇਖ ਲਿਆ ਮਾਂ ਐਡੀ ਵੱਡੀ ਗੱਲ ਲੱਗੇਗੀ, ਇਹੀ ਜੀ ਗੱਲ ਸੁਣ ਕੇ ਬੰਦਾ ਮਰੂਗਾ ਨਹੀਂ ਤਾਂ ਹੋਰ ਕੀ ਕਰੂਗਾ। ਹੁਣ ਜੇ ਬਾਪੂ ਨੇ ਕੋਈ ਗਲਤ ਕਦਮ ਚੱਕ ਲਿਆ, ਇਹਦੀ ਜ਼ਿੰਮੇਵਾਰੀ ਇਹ ਹੋਊਗੀ।
ਇਸੇ ਦੀ ਹੋ ਗਈ। ਮੈਨੂੰ ਆਏ ਨਹੀਂ ਸਮਝ ਆਉਂਦੀ ਬੁੜੇ ਨੇ ਕੀ ਕਹਿਤਾ ਜਿਹੜਾ ਇਹ ਐਂ ਤੜਫਦੀ ਹੈ। ਕੁਛ ਵੀ ਨਹੀਂ, ਇਹਨੂੰ ਐਲਰਜੀ ਆਈ ਹੈ ਬਸ, ਵੀ ਇਸ ਘਰ 'ਚ ਰਹੇ ਹੀ ਨਾ ਬੁੜਾ, ਵੀ ਮੇਰੀ ਚੱਲੇ। ਹੁਣ ਬਾਪੂ ਵੱਡਾ ਬਈ, ਦੇਖ ਮਾਂ ਤੈਨੂੰ ਤਾਂ ਪਤਾ ਹੀ ਹੈ ਵੱਡਿਆਂ ਦੀ ਚੱਲਦੀ ਹੈ, ਜੇ ਤੱਕ ਜਿਉਂਦਾ ਇਸ ਦੀ ਚੱਲਦੀ। ਹਾਂ ਪੁੱਤ, ਹੁਣ ਮੇਰੀ ਕਿਹੜਾ ਚੱਲਦੀ ਨਹੀਂ ਘਰੇ, ਕਿੱਥੇ ਜਾਣਾ ਦੇਖ, ਕੋਈ ਭੋਗ ਤੇ ਜਾਣਾ ਕੋਈ ਕਿਤੇ ਜਾਣਾ, ਬਾਪੂ ਆਪ ਮੂਰੇ ਹੋ ਕੇ ਜਾਂਦਾ ਜਾਂਦਾ, ਸਾਨੂੰ ਕਦੇ ਨਹੀਂ ਲਾਂਬਾ ਦਵਾਇਆ ਹੈਗਾ, ਐਡਾ ਸੁੱਖ ਹੈ ਸਾਨੂੰ ਬਾਪੂ ਦਾ। ਹੁਣ ਜਿੱਦੇ ਬਾਪੂ ਨੂੰ ਕੁਛ ਹੋ ਗਿਆ, ਅਸੀਂ ਆਪਦੇ ਘਰ ਦੇ ਕੰਮ ਕਰਾਂਗੇ ਕਿ ਲੋਕਾਂ ਦੇ ਫਿਰਾਂਗੇ, ਜ਼ਿੰਮੇਵਾਰੀ ਲਾਉਂਦੇ ਪਈਆਂ। ਨਾ ਪੁੱਤ, ਤੂੰ ਨਾ ਕੁਛ ਕਹੀ ਤੇਰੇ ਸਹੁਰੇ ਨੂੰ, ਸਿਆਣੀ ਬਣ ਕੇ ਰਹੀ ਧੀਏ, ਨੇਕੀ ਖੱਟੀ, ਇਹੀ ਤਾਂ ਨੇਕੀ ਹੁੰਦੀ ਹੈ, ਸੱਸ ਸਹੁਰੇ ਦੀ ਸੇਵਾ ਕਰਨੀ, ਠੀਕ ਹੈ ਪੁੱਤ? ਮਾਂ ਮੈਂ ਤਾਂ ਕਦੇ ਕੁਛ ਕਿਹਾ ਹੀ ਨਹੀਂ, ਚੱਲ ਤੂੰ ਐਂ ਕਰ, ਤੂੰ ਹੀ ਸਿੱਧੀ ਕਰ ਲੈ ਬਿੰਦ। ਚੰਗਾ ਪੁੱਤ, ਤੂੰ ਬਣਾ ਲੈ ਚਾਹ, ਬਣਾ ਲੈਂਦੀ ਹਾਂ, ਨਾਲੇ ਬਾਪੂ ਪੀ ਲੂਗਾ ਵਿਚਾਰਾ, ਪਹਿਲਾਂ ਤਾਂ ਗੱਲ ਚੁੱਕੜਾ ਤੀ, ਨਾਲੇ ਸਾਡਾ ਭੋਪੂ ਪੀ ਲੂਗਾ। ਕਾਹਨੂੰ ਪੁੱਤ, ਉਹਨੂੰ ਚੋਰੀਆਂ ਜੇ ਦੇ ਦਿਆ ਕਰੇ ਤਾਂ ਸਾਹਮਣੇ ਨਾ ਦਿਆ ਕਰ ਚੀਜ਼। ਹਾਏ ਹਾਏ, ਤਾਂ ਸਾਰਿਆਂ ਨੂੰ ਲੈ ਕੇ ਛੱਡੂਗੀ। ਹੋਰ